ਜਯੋਧਰ ਰਾਜਾ ਸਾਸੀ ਦੇ ਪਿੰਡ ਕੋਟ ਸਿੱਧੂ ਵਿਖੇ ਬਿਜਲੀ ਚੋਰੀ ਫੜਨ ਗਏ ਮਹਿਕਮੇ ਦੇ ਐਸਡੀਓ ਅਤੇ ਹੋਰ ਮੁਲਾਜ਼ਮਾਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪਿੰਡ ਵਾਸੀਆਂ ਨੇ ਨਾ ਸਿਰਫ ਇਹਨਾਂ ਦਾ ਘਿਰਾਓ ਕੀਤਾ ਸਗੋਂ ਐਸਡੀਓ ਦੀ ਗੱਡੀ ਦੀ ਹਵਾ ਵੀ ਕੱਢ ਦਿੱਤੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਧਰ ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਰਾਜਾ ਸਾਸੀ ਪੁਲਿਸ ਥਾਣੇ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਸਥਿਤੀ ਤੇ ਕਾਬੂ ਪਾਇਆ ਗਿਆ। ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤੇ ਇਸ ਪਿੰਡ ਵਿੱਚ ਵੱਡੇ ਪੱਧਰ ਤੇ ਬਿਜਲੀ ਦੀ ਚੋਰੀ ਹੋ ਰਹੀ ਹੈ ਅਤੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਚਨਚੇਤ ਛਾਪੇਮਾਰੀ ਕੀਤੀ ਗਈ ਸੀ ਜਦੋਂ ਪਿੰਡ ਵਾਸੀਆਂ ਨੇ ਕਾਰਵਾਈ ਤੋਂ ਬਚਣ ਵਾਸਤੇ ਵਿਰੋਧ ਪ੍ਰਦਰਸ਼ਨ ਕੀਤਾ ਹੈ। ਉਧਰ ਦੂਜੇ ਪਾਸੇ ਕਿਸਾਨ ਯੂਨੀਅਨ ਅਤੇ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਬਿਜਲੀ ਮੁਲਾਜ਼ਮਾਂ ਤੇ ਮਹਿਕਮੇ ਦੇ ਅਧਿਕਾਰੀ ਸਵੇਰੇ 5 ਵਜੇ ਕਰੀਬ ਬਿਜਲੀ ਚੋਰੀ ਫੜਨ ਲਈ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਦਾਖਲ ਹੋਏ ਸਨ। ਸਵਾਇ ਕਿ ਸਾਡੀ ਕੋਈ ਪੁਲਿਸ ਦੀ ਕੋਈ ਸਾਡੀ ਮਦਦ ਕਰਦੇ ਜਾਂ ਸਾਨੂੰ ਕੋਈ ਕਰਦੇ, ਉਲਟਾ ਪਬਲਿਕ ਨੂੰ ਸਾਡੇ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਦਾ ਵਤੀਰਾ ਠੀਕ ਕੀਤਾ ਜਾਵੇ ਤੇ ਮੁਲਾਜ਼ਮਾਂ ਨੂੰ ਚੈਕਿੰਗ ਦੌਰਾਨ ਸਿਕਿਉਰਿਟੀ ਦਾ ਪ੍ਰੋਪਰ ਇੰਤਜ਼ਾਮ ਕੀਤਾ ਜਾਵੇ। ਚੋਰੀ ਫੜਨ ਦੇ ਵਿੱਚ ਅਸੀਂ ਨਾਲ ਜਾਵਾਂਗੇ ਕਿ ਚੋਰੀ ਫੜੀ ਜਾਵੇ, ਚੋਰੀ ਨਾ ਹੋਵੇ, ਕਿਉਂਕਿ ਸਰਕਾਰ ਦੇ ਘਰ ਕੋ ਪੈਸਾ ਜਾਵੇ, ਅਸੀਂ ਇਸ ਹੱਕ ਵਿੱਚ ਹਾਂ। ਪਰ ਚੋਰੀ ਫੜਨ ਦਾ ਤਰੀਕਾ ਗਲਤ ਆ ਇਹਨਾਂ ਦਾ ਕਿ ਸਵੇਰੇ 4 ਵਜੇ ਤੁਸੀਂ ਆਪ ਸਾਰੇ ਸਿਆਣੇ ਜੇ ਇਹ ਕੰਧਾਂ ਟੱਪ ਕੇ, ਜੇ ਗੇਟ ਨਹੀਂ ਖੁੱਲ੍ਹਾ ਕੰਧਾਂ ਟੱਪ ਕੇ ਵੀ ਆਉਂਦੇ ਆ, ਜੇ ਕਿਸੇ ਦਾ ਗੇਟ ਹੈ ਨਹੀਂ ਗਰੀਬ ਦਾ ਤੇ ਧੱਕੇ ਨਾਲ ਹੀ ਅੰਦਰ ਜਾਂਦੇ ਆ, ਬੇਸ਼ੱਕ ਅੰਦਰ ਨੰਗੇ ਹੋਣ ਕੋਈ, ਇਹ ਗਲਤ ਆ। ਬਾਰੇ ਗੱਡੀਆਂ ਤੇ ਕੋਈ ਨਹੀਂ ਭੱਜੀਆਂ, ਉਹ ਤਾਂ ਮੈਂ ਸਾਰੀਆਂ ਦੇਖ ਲਈਆਂ ਨੇ। ਹਵਾ ਇੱਕ ਟਾਇਰ ਤੇ ਚੱਲਦੀ ਹੈਗੀ, ਪਤਾ ਨਹੀਂ ਐਵੇਂ ਨਿਕਲ ਗਈ ਕਿ ਜਾ ਕੇ ਇਹਨੇ ਸ਼ਰਾਰਤ ਨਾਲ ਗੱਡੀ ਕੋਈ ਗੱਡੀਆਂ ਬਣਾਉਣੀ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਸਿੱਖੀ ਦੇ ਮਹਾਨ